बिस्मिल्लाहिर्रहमानिर्रहीम अस्सलाम वालेकुम दोस्तों जी आज आदि ठीक ठाक हूँ मैं उम्मीद करना कि तुम सब खैर इधर होगे। अच्छा जी आज मेरे को अहमद भाई से मिलना भाई है तो शहरू ना जरा पेंडू चकला शहरू चकल लगाना ऐसा कह रहे कि यार को बाबा देर हो गई पेंड नहीं आए गुरदी ने जेके है छे बंदे दी पता नहीं पता कि दे तुर गया रे हमेशा ऐ बंदे दा ऐ दूसरे बंदे दा निकाह है रे जी ऐ देखो कि नाव दा आ जे रे ते आज एम भाई ते दुल्ला भाई आए ने मेरे कोले बाबा देर बाद पड़ना ते नहीं 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 बाबा देर हो गई नाव है कहने को बाबा देर हो गई ते अभी पिंड चक लाया ते हो सकदा कोई मोटा चल दिया होता ही मोटा ने लाके भाई मेरे को जान दे बाबा जे मैं काम तो जाइए ना फिर ठीक है काम शाम ज़्यादा जा रहा थी ते घर कजन ही जन्ना तो ये इन्ना हंबाई ना होंगे ने ठीक है तो इंजॉय भी करते हैं पिंड का थोड़ा जहाँ तो मैं हूँ थानू अज मैं ना शबाज होटल ठीक है तो उसे जरा खाना पीना खाना है रोटी ना तो एक अज चिकन कढ़ाई लगवाइए तरह तरह चीज़ा लगवाई ने जिड़िया कि हूँ सामने पेश हो गए तुम्हें दसागा सारा भाई सादा पानी नहीं पीते ठीक है कहना कोई ऐ जो जग है ड्रम से रखे था एक साइड से कि सादा पानी कोई मेहमान आए तो ठंड ड्रम जरा ठंडा पानी उन्हें रखे था वे कहें ड्रम वाले ने बेना पता नहीं की पाया तो वो देखो जो मैं कैमरा नहीं करता तो पर क्यों दुला भाई तुम क्यों शर्मा बैठा अच्छा अच्छा ਇਹ ਦੇਖੋ ਆਹ ਪਾਣੀ ਖਾਣੀ ਮੰਗਵਾਇਆ ਵੇ ਤਾਂ ਕੋਈ ਥੋੜ੍ਹੀ ਜਿਹੀ ਬੋਤਲ ਲੈ ਕੇ ਵੇਖੋ ਕਿੰਨਾ ਠੰਡਾ ਪਾਣੀ ਗਿਰਾ ਕੇ ਨਾ ਇਹ ਦੇਖੋ ਮੈਂ ਇੰਨਾ ਕਿ ਠੰਡਾ ਪਾਣੀ ਵੀ ਸਾਰੇ ਭਾਈਆਂ ਨੇ ਪੀਤਾ ਵੇ ਠੀਕ ਹੈ ਹੁਣ ਚੀਜ਼ਾਂ ਨੇ ਲਗਵਾਈਆਂ ਨੇ ਸਮੋਸਾ ਤੇਰਾ ਬਲੌਗ ਫੇਮਸ ਹੋਈ ਹੈ ਹਾਂ ਉਹ ਸਦਰਾ ਬਲੌਗ ਫੇਮਸ ਹੋਈ ਗਾਣਾ ਸੁਣਾਵਾ ਗਾਣਾ ਸੁਣਾਣਾ ਸੁਣਾ ਹੋ ਕੇ ਜੀ ਕਰੀਬ ਕੋ ਪਰ ਹੁਣ ਨੀਂਦ ਨਾ ਆਈ ਹੈ ਉਹ ਨਾਮ ਭਾਈ ਹੈਲੋ ਯਾਰ ਯਾਰ ਪਾਣੀ ਪਿਆ ਆਹੋ ਇਹਨਾਂ ਤਾਂ ਥਿਆ ਚੱਕਰ ਲਾਇਆ ਕਰ ਕੋਈ ਐਵੇਂ ਭਾਈ ਤੁਸੀਂ ਇਹਨੂੰ ਤਰਸੇ ਦੇ ਕਿਉਂ ਤੁਸੀਂ ਚੱਕਰ ਲਾਇਆ ਕਰੋ ਕੋਈ ਗੱਲ ਨਹੀਂ ਹੈਂ ਬਲਾਂਗਰ ਸਾਹਿਬ ਤੁਹਾਨੂੰ ਪਤਾ ਹੁਣ ਹਰ ਟਾਈਮ ਰਹਿਣਾ ਕਿਸੇ ਮਸਰੂਫੀਆਂ ਦੀ ਕੋਈ ਰਹਿੰਦੇ ਨੇ ਅਤੇ ਐ ਹੁਣ ਹਾਸਾ ਲੱਗਾ ਸੀ ਹੁਣ ਤਾਂ ਐਵੇਂ ਭਾਈ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਕੋਈ ਪਰਸਨਲੀ ਤੁਸੀਂ ਗੱਲ ਕਰਦੇ ਹੋ ਕਿ ਸਾਨੂੰ ਵੀ ਥੋੜ੍ਹਾ ਸ਼ੇਅਰ ਕਰਦੇ ਕਟਾਹਤ ਫਤਿਹ ਅਲੀ ਖਾਨ ਓਏ ਨਾ ਭਾਈ ਐ ਰਾਹਤ ਫਤਿਹ ਅਲੀ ਖਾਨ ਦਾ ਸ਼ੇਰ ਦੇ ਕਟਾਹਤ ਫਤਿਹ ਅਲੀ ਖਾਨ ਯਾਰ ਕੀ ਹੋ ਗਿਆ ਉਹ ਕਿਸੇ ਨੇ ਕਿਹਾ ਇਹ ਬੱਚੇ ਦਾ ਨਿਕਾਹ ਹੋਇਆ ਜੀ ਯਾਰ ਕਹਿੰਦੇ ਨੇ ਨਾ ਬਾਈ ਦੋਸਤੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਡੇ ਹੱਥੇ ਦੀ ਪੰਖਾ ਬੰਦ ਕਰੇ ਬਲਾਉਣਾ ਨੇ ਮੈਂ ਉਸ ਤੇ ਯਾਰ ਕਰੋ ਰੀਗੋ 3 ਸਾਲ ਹੋ ਗਏ ਨੇ ਲੱਗਿਆ $1 ਨਹੀਂ ਬਣਿਆ ਰਿਹਾ ਇਹ ਦੁੱਲਾ ਭਾਈ ਕੋ ਕਹਿ ਰਿਹਾ ਕਿ ਬਿਸਮਿਲਾ ਪੜ ਕੇ ਸ਼ੁਰੂ ਕਰਦੇ ਜਾ ਕੇ ਵਿੱਚ ਗੱਪਾਂ ਵੀ ਮਾਰਦਾ ਯਾਰ ਕੋਈ ਦੁੱਲਾ ਭਾਈ ਕੋਈ ਅਸੀਂ ਕੋਈ ਵੀ ਵੀਡੀਓ ਛਾੜਨੇ ਆ ਜਾਂ ਕੋਈ ਵੀ ਸ਼ੁਰੂ ਕੰਮ ਕਰਨੇ ਆ ਤੇ ਪਹਿਲੇ ਸਭ ਤੋਂ ਪਹਿਲੇ ਜੀ ਬਿਸਮਿਲਾ ਪੜਨੀ ਚਾਹੀਦੀ ਹੈ ਕਿਉਂ ਐਵੇਂ ਭਾਈ ਆਹੋ ਚੰਗਾ ਹੋ ਜਾਂਦਾ ਕੋਈ ਗੱਲ ਨੀ ਕਿਹੜਾ ਭੈੜਾ ਕੰਮ ਹੈ ਕੰਮ ਦੇਖ ਲੈਣਾ ਪਹਿਲੇ ਕਿਹੜਾ ਭਾਵ ਹੈ ਅੱਛਾ ਨਾਮ ਸਾਹਿਬ ਆਦਰ ਨਾਮੀ ਨਾਮੀ
ਮਜ਼ਾ ਆ ਗਿਆ ਜਿੰਦਾਬਾਦ ਪੁੱਤਰ ਹੁਣ ਅਸੀਂ ਵੀ ਖਾ ਲਈ ਸਾਰੇ ਖਾਂਦੇ ਪਏ ਹੁਣ ਮੇਰੇ ਮੂੰਹ 'ਚ ਆ ਰਿਹਾ ਪਾਣੀ ਫਿਰ ਮੈਂ ਤੁਹਾਡੇ ਨਾਲ ਕਰਨਾ ਪਾਣੀ ਵਾਲੀ ਗੱਲ ਕੋਈ ਨਹੀਂ ਸਾਹਿਬ ਕਿਉਂ ਤੁਹਾਡੇ ਮੂੰਹ ਕੁਛ ਹੋ ਵਿੱਚ ਹੀ ਖਾਓ ਜੀ ਨਹੀਂ ਭੁੱਖ ਲੱਗੀ ਦੀ ਇਹਨਾਂ ਦਾ ਰਾਹ ਤੇ ਮੈਂ ਚਲੋ ਕੰਮ ਦਵਾਏ ਦੇ ਹਾਂ ਮਿਰਚ ਨੇ ਐਡਜਸਟਮੈਂਟ ਕਰ ਲੈਂਦੇ ਨੇ ਉਸ ਦੀ ਜਰਾ ਉਸ ਹਿਸਾਬ ਦਾ ਨਾ ਕਿੰਨਾ ਹੋਊਗਾ ਹੈ ਵੇ ਠੀਕ ਹੁਣ ਰੋਟੀ ਖਾਓਗੇ ਨਾ ਫਿਰ ਤੁਹਾਡੇ ਕਰਨਾ ਮੈਂ ਕਰ ਦਿਆਂ ਤੁਸੀਂ ਮੁਕੰਮਲ ਐਡਜਸਟਮੈਂਟ ਦੇ ਜਿਹੜੀਆਂ ਪਲੇਟਾਂ ਫਰਕ ਹੋਣਗੀਆਂ ਤੁਹਾਨੂੰ ਮੈਂ ਦੱਸਾਂਗਾ ਕਿੰਨਾ ਖਵਾ ਪਿਆ ਜਾਣਾ ਹੋਏ ਨਾ ਬੁਕਿੰਗ ਕਰਾਉਣੀ ਪੈਂਦੀ ਯਾਰ ਕੋਈ ਗੱਲ ਨੀ ਭਾਈ ਸਭ ਕੁਛ ਖਤਮ ਹੋ ਰਿਹਾ ਚਲੋ ਇਹਨੂੰ ਝੜਾਂਗੇ ਉਹ ਜਦੋਂ ਠੰਡੀ ਹੋਈ ਆ ਕਿੰਨੀ ਬੜੀ ਕੜਾਈ ਰਹਿ ਗਈ ਯਾਰ ਬਾਅਦ ਵਿੱਚ ਹੀ ਹੱਡੀ ਨਿਕਲ ਆਈ ਹੁਣ ਬੁਲਾ ਲੈਣ ਉਹਨਾਂ ਨੇ ਹੱਡੀ ਕਿਉਂ ਨਿਕਲੀ ਐਵੇਂ ਤੁਹਾਨੂੰ ਮੈਂ ਕਿਹਾ ਮੈਂ ਕੈਟ ਦੇ ਭਾਂਡੇ ਪਾਵਾਂਗੇ ਤੁਹਾਨੂੰ ਐਂ ਦੇ ਵਿਹਲੇ ਕਿਤੇ ਨੇ ਜਿੰਨੇ ਕੋਈ ਸਵਾਬ ਨਹੀਂ ਹੁੰਦਾ ਪਤਾ ਨਹੀਂ ਕਿਹੜੇ ਕੋਈ ਵੱਡਾ ਦਹੀਂ ਭਲਿਆ ਭਾਈ ਤਿਆਰ ਕਰ ਰਹੇ ਨੇ ਐਂਡੀ ਅੱਬਜੀਆਂ ਤੇ ਤੁਹਾਨੂੰ ਤੂੰ ਨਹੀਂ ਤੂੰ ਥੱਲੇ ਦਿਮਾਗ ਹੈ ਤੇਰਾ ਉਹ ਥੱਲੇ ਰੋਟ ਜਾਣਾ ਹੀ ਹਾਂ ਮੈਂ ਪਾਣੀ ਪੀ ਰਿਹਾ ਤੂੰ ਡੀਸੈਂਟ ਨਾ ਨਹੀਂ ਬਾਵਾ ਚੁੱਪ ਕਰ ਡਿੱਗ ਪੈਣਾ ਤੇ ਉਹ ਚੁੱਪ ਕਰ ਟਮਾਟਰ ਲਾ ਜੀ ਨਿੱਕ ਟਮਾਟਰ ਦਹੀਂ ਭਲੇ ਟਮਾਟਰ ਕਿਹੜਾ ਹੁੰਦਾ ਲਾ ਦੇ ਉਹ ਨਹੀਂ ਬਾਵਾ ਦਹੀਂ ਭਲੇ ਚ ਕਿਹੜਾ ਟਮਾਟਰ ਟੇਸਟ ਆਇਆ ਟੀ ਐ ਨਵਾਂ ਬਣਿਆ ਆਣਾ ਜਦੋਂ ਬਾਹਰ ਕੱਢ ਜਾਣਾ ਹੀ ਯਾਰ ਯਾਰ ਬਣ ਗਏ ਠੀਕ ਹੈ ਠੰਡ ਹੈ ਭਾਈ ਜਾਨ ਆਪਣੇ ਆਣੇ ਗੋਰਮੇ ਐਂਡ ਮੈਂ ਚਲੋ ਯਾਰ ਆਈਸਕ੍ਰੀਮ ਖਾ ਜਾਂਦੇ ਅਤੇ ਹੁਣ ਨਾ ਆਈਸਕ੍ਰੀਮ ਖਾ ਲੈਂਦੇ ਤੁਹਾਨੂੰ ਵਹਾਣਗੇ ਸਾਰਾ ਨਾ ਗੋਰਮੇ ਠੀਕ ਹੈ ਅਤੇ ਪਟਿਆਲਾ ਗੋਰਮਾ ਜਿਹੜਾ ਕੀ ਪਸੰਦ ਕੀਤਾ ਜੇ ਅੱਜ ਜਿੱਥੋਂ ਲਿਆਉਣਾ ਤੁਸੀਂ ਉੱਥੇ ਰੱਖ ਛੱਡੋ ਕਿਉਂਕਿ ਪੈਸੇ ਘੱਟ ਨੇ ਚਲੋ ਚਲੋ ਘੱਟ ਛੱਡੋ ਜ਼ਿਆਦਾਤਰ ਇੱਥੇ ਬੋਤਲਾਂ ਹੀ ਨੇ ਉਹ ਸਾਹਮਣੇ ਬੋਤਲਾਂ ਲੱਗ ਜਾਣਗੀਆਂ ਸਾਰੀ ਐਵੇਂ ਪਾਟਾ ਬਣਿਆ ਪਾਟਾ ਦਿਸ ਇਜ਼ ਆਈਸਕ੍ਰੀਮ ਔਰ ਕੂਲਿੰਗ ਜ਼ਿਆਦਾ ਸੀ ਨਾ ਇਸ ਲਈ ਉਹ ਜ਼ਿਆਦਾ ਜੁੜ ਗਈ ਹੈ ਹੁਣ ਇੱਕ ਟੇਸਟ ਚੈੱਕ ਕਰਨੇ ਕੀ ਬੰਦਾ ਅਤੇ ਮੈਨੂੰ ਵੈਸੇ ਸਿਰਪ ਵੀ ਲੱਗ ਰਿਹਾ ਕੀ ਕਿਉਂ ਨਾ ਬਾਈ ਠੀਕ ਹੁਣ ਚਲੋ ਖੋਲ੍ਹ ਦੇ ਲਈਏ ਖਾਣੀ ਤਾਂ ਪੈਣੀ ਹੈ ਉਹ ਐਮ ਭਾਈ ਲੱਗ ਰਹੇ ਗੋਰ ਭਾਈ ਨਾਲ ਕਾਲ ਆਈ ਹੈ
ਫੇਰ ਫੇਰ ਫਿਰ ਫਿਰ ਸੇਲ ਲੱਗੀ ਦੀ ਚਮਚ ਲੱਥੀ ਨਹੀਂ ਪਈ ਮੈਂਗੋ ਫਲੇਵਰ ਲਗਾਇਆ ਵੀ ਸਾਡੀ ਅੱਜ ਦੀ ਵੀਡੀਓ ਠੀਕ ਹੈ ਅਤੇ ਜੇ ਕਿਤੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਦੋਸਤੋ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਿਓ ਅਤੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਅੱਛੀ ਲੱਗੀ ਹੈ ਕਿ ਨਹੀਂ ਲੱਗੀ ਮੈਂ ਉਮੀਦ ਕਰਨਾ ਕਿ ਤੁਹਾਨੂੰ ਜਿਹੜੀ ਇੰਨਾ ਅੱਛੀ ਲੱਗੀ ਹੋਏਗੀ ਕਿਉਂਕਿ ਅਸੀਂ ਖਾਣ ਪੀਣ ਅਕਸਰ ਜਾਂਦੇ ਹੁੰਦੇ ਹਾਂ ਅਤੇ ਨਾਲ ਨਾਲ ਹੀ ਜਿਹੜੀ ਮੈਂ ਵੀਡੀਓ ਬਣਾਉਂਦਾ ਹੁੰਦਾ ਵਾ ਅਤੇ ਮੈਂ ਕੋਸ਼ਿਸ਼ ਇਹ ਕਰਨਾ ਕਿ ਘੱਟ ਤੋਂ ਘੱਟ ਗਲਤੀ ਹੋਵੇ ਠੀਕ ਕਿਉਂਕਿ ਇਹਦੇ ਨਾਲ ਮੈਂ ਉਹ ਬਣਾਉਣਾ ਸ਼ੁਰੂ ਕੀਤਾ ਵੇ ਅਤੇ ਥੋੜ੍ਹਾ ਥੋੜ੍ਹਾ ਇੰਨਾ ਅੜ ਕੇ ਵਿੱਚ ਬੋਲਣਾ ਹੁੰਦਾ ਵੇ ਅਤੇ ਅੱਗੇ ਤੁਸੀਂ ਮੇਰੇ ਚੈਨਲ 'ਤੇ ਰਹੋ ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਛੱਡਿਓ ਸਾਡੇ ਚੈਨਲ ਨੂੰ ਅੱਗੇ ਸ਼ੇਅਰ ਵੀ ਕਰਿਓ ਅਤੇ ਬੈਲ ਆਈਕਨ ਦਾ ਆਪਸ਼ਨ ਜ਼ਰੂਰ ਕਲਿੱਕ ਕਰਿਓ ਤਾਂ ਕਿ ਸਾਡੀ ਜਿਹੜੀ ਮੈਂ ਵੀਡੀਓ ਇਸ ਤਰ੍ਹਾਂ ਦੀ ਚਾੜਾਂ ਜਾਂ ਅਕਸਰ ਮੈਂ ਸ਼ਹਿਰ ਜਾਂਦਾ ਹੁੰਦਾ ਜਾਂ ਕਿਤੇ ਫਰਿੰਡ ਰੋਡ ਮਰੀ ਵਾਲੀ ਸਾਈਡ 'ਤੇ ਜਾਈਦਾ ਅਤੇ ਉਸ ਤਰ੍ਹਾਂ ਦੀ ਕੋਈ ਮੈਂ ਵੀਡੀਓ ਤੁਹਾਡੇ ਸਾਹਮਣੇ ਇਨਸ਼ਾਅੱਲਾ ਜ਼ਰੂਰ ਪੇਸ਼ ਕਰਾਂ ਤੁਸੀਂ ਬੈਲ ਆਈਕਨ ਦਾ ਆਪਸ਼ਨ ਕਲਿੱਕ ਕਰੋਗੇ ਅਤੇ ਤੁਹਾਨੂੰ ਵੀਡੀਓ ਸਾਰੀ ਜਿਹੜੀਆਂ ਨਾ ਮਿਲ ਜਾਣ ਕਰਾਂਗੇ ਜਿਹੜੀਆਂ ਮੈਂ ਚਾੜਾਂਗਾ ਅਤੇ ਇਨਸ਼ਾਅੱਲਾ ਹੁਣ ਟਾਈਮ ਬੜਾ ਹੋ ਗਿਆ ਸੀ ਠੀਕ ਹੈ 1 ਵਜ ਗਿਆ ਵੇ ਅਤੇ ਹੁਣ ਸੋਣਾਗਾ ਅਤੇ ਇਨਸ਼ਾਅੱਲਾ ਨੈਕਸਟ ਵੀਡੀਓ 'ਚ ਰਾਬਤਾ ਹੋਏਗਾ ਅੱਲਾ ਹਾਫਿਜ਼।